ਨਮਸਕਾਰ ਜੀ ਗੁਰੂ ਪਿਆਰੇ ਸਤਿ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਜਿਨ੍ਹਾਂ ਨੇ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰ ਕੇ ਜੀਵਨ ਸਫਲ ਬਣਾਇਆ ਹੈ। ਅਤੇ ਗੁਰੂ ਮਹਾਰਾਜ ਜੀ ਨਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ ਹਨ। ਸਤਿਗੁਰੂ ਸਾਰਿਆਂ ਦੀਆਂ ਮਨੋਕਾਮਨਾ ਪੂਰਨ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਪਰਸੋਂ ਤੋਂ ਗੁਰਮੁਖ ਪਰਿਵਾਰ ਵੱਲੋਂ ਅਖੰਡ ਪਾਠ ਆਰੰਭ ਕਰਵਾਏ ਗਏ ਸਨ। ਤਿੰਨੇ ਦਿਨ ਉਹਨਾਂ ਨੇ ਤਨ ਮਨ ਧਨ ਦੁਆਰਾ ਸੇਵਾ ਕਰਕੇ ਗੁਰੂ ਮਹਾਰਾਜ ਜੀ ਦੇ ਚਰਸ ਪਾਸੇ ਹਨ। ਗੁਰੂ ਮਹਾਰਾਜ ਜੀ ਉਹਨਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ, ਦੁਰੋਂ ਕਰੋਂ ਨਾਮਦਾਰ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਣ, ਖਜ਼ਾਨੇ ਭਰਪੂਰ ਕਰਨ। ਜਿਨ੍ਹਾਂ ਭਾਵਨਾ ਦੇ ਨਾਲ ਉਹਨਾਂ ਨੇ ਸੇਵਾ ਲਈ ਸੀ, ਸਤਿਗੁਰੂ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ। ਆਪਾਂ ਸਾਰੇ ਹੀ ਰਲ ਮਿਲ ਕੇ ਗੁਰੂ ਮਹਾਰਾਜ ਦੇ ਚਰਨ ਪਰਸਦੇ ਹਾਂ ਅਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ। ਸੱਤੇ ਦਿਨ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਆਪਾਂ ਇਸੇ ਤਰ੍ਹਾਂ ਹੁੰਮਾ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਾਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ 20 ਤਰੀਕ ਤੋਂ ਕੁਝ ਸੂਚਨਾਵਾਂ ਹਨ। 20 ਤਰੀਕ ਨੂੰ ਸਾਡੇ ਪਾਸ ਪੰਥਕ ਜਥੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਚੰਡੀਗੜ੍ਹ ਵਾਲੇ, ਉਹ ਆ ਰਹੇ ਨੇ। ਅਤੇ ਨਾਲ ਭਾਈ ਗੁਰਦਿਆਲ ਸਿੰਘ ਜੀ ਟਾਂਡਾ ਸਾਹਿਬ ਵਾਲੇ ਜੋ ਕੀਰਤਨ ਕਰਦੇ ਹਨ, ਉਹ ਵੀ ਸਾਡੇ ਪਾਸ ਆ ਰਹੇ ਨੇ। ਅਤੇ ਉਹਨਾਂ ਦਾ ਜੋ ਪ੍ਰੋਗਰਾਮ ਹੈ ਸ਼ਾਮ ਦੇ ਦੀਵਾਨਾਂ ਵਿੱਚ ਹੋਵੇਗਾ। ਸ਼ਾਮ ਨੂੰ ਤਕਰੀਬਨ 4:30 ਤੋਂ ਪ੍ਰੋਗਰਾਮ ਸ਼ੁਰੂ ਹੋਵੇਗਾ ਅਤੇ 8:30 ਤੱਕ ਪ੍ਰੋਗਰਾਮ ਦੀ ਸਮਾਪਤੀ ਹੋਣੀ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਆ ਕੇ ਲਾਹਾ ਲਈਏ ਅਤੇ ਆਏ ਨਵੇਂ ਜਥਿਆਂ ਤੋਂ ਵਿਚਾਰ ਸ਼ਰਨ ਕਰਕੇ ਆਪਣਾ ਜੀਵਨ ਸਫਲ ਬਣਾਈਏ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਟਾਂਡਾ ਸਾਹਿਬ ਵਾਲੇ, ਉਹਨਾਂ ਤੋਂ ਪਹਿਲਾਂ ਸਾਡੇ ਪਾਸ ਪੰਥਕ ਕਥਾਵਾਚਕ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਦਮਦਮਾ ਸਾਹਿਬ ਵਾਲੇ ਹੈੱਡ ਗ੍ਰੰਥੀ ਹਨ ਅਤੇ ਨਾਲ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ, ਜੋ ਪਿਛਲੇ 2 ਹਫ਼ਤਿਆਂ ਤੋਂ ਹਾਜ਼ਰੀਆਂ ਭਰ ਰਹੇ ਹਨ ਅਤੇ ਅਗਲੇ ਆਉਣ ਵਾਲੇ 2 ਹਫ਼ਤੇ ਹੋਰ ਹਾਜ਼ਰੀ ਭਰਨੀ ਹੈ। ਅਤੇ ਉਹ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨਗੇ। ਪਹਿਲੋਂ ਰਹਿ ਰਾਸ ਹੋਵੇਗੀ, ਉਸ ਤੋਂ ਬਾਅਦ ਆਰਤੀ ਦੀ ਚੌਂਕੀ ਹੋਵੇਗੀ, ਉਸ ਤੋਂ ਬਾਅਦ ਪ੍ਰੋਗਰਾਮ ਇਸੇ ਤਰ੍ਹਾਂ ਅੱਗੇ ਚੱਲਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੁਣ ਮੰਮਾ ਕੇ ਦਰਸ਼ਨ ਦੇਣੇ ਅਤੇ ਹਾਜ਼ਰੀਆਂ ਭਰਨੀਆਂ। ਹੁਣ ਸਾਡੇ ਦਰਬਾਰ ਦੇ ਕੀਰਤਨ ਸਿੰਘ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਉਹਨਾਂ ਦਾ ਜਥਾ ਆਪ ਜੀ ਨੂੰ 1:25 ਤੋਂ 2 ਤੱਕ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਜਗ ਸਿੰਘ ਉਹਨਾਂ ਦਾ ਜਥਾ ਕੀਰਤਨ ਕਰੇਗਾ, ਉਸ ਤੋਂ ਬਾਅਦ ਕਥਾ ਹੋਵੇਗੀ, ਇਸੇ ਤਰ੍ਹਾਂ ਤਕਰੀਬਨ 3 ਸਮਾਪਤੀ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦਰਬਾਰ ਹਾਲ ਵਿੱਚੋਂ ਲੰਗਰ ਹਾਲ ਵਿੱਚੋਂ ਜਿਨ੍ਹਾਂ ਨੇ ਲੰਗਰ ਪਾਣੀ ਛਕ ਲਿਆ ਹੈ ਉਹ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾਈਏ। ਆਪਾਂ ਸਿਰਫ ਮੱਥਾ ਟੇਕਣ ਵਾਸਤੇ ਨਹੀਂ, ਕੁਝ ਨਾ ਕੁਝ ਸੁਣਨ ਵਾਸਤੇ ਵੀ ਆਉਂਦੇ ਹਾਂ, ਸੁਣ ਕੇ ਆਪਣਾ ਜੀਵਨ ਸਫਲ ਬਣਾਈਏ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ। ਆਓ ਭਾਈ ਸਾਹਿਬ ਅਮਰਜੀਤ ਸਿੰਘ ਉਹਨਾਂ ਦੇ ਜਥੇ ਪਾਸੋਂ ਕੀਰਤਨ ਸ਼ਰਨ ਕਰੀਏ ਅਤੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।